अमृतसर के गोल्डन गेट तो यूनाइटेड सिख स्टूडेंट फैडरेशन के सदे से दीप सिद्धू नूं समर्पित अंतिम अरदास के मौके 1 मार्च फतेहगढ़ साहिब की धरती दे लई रवाना किया गया जो अमृतसर तो जलंधर लुधियाना हुंदा होया फतेहगढ़ साहिब की धरती से पहुंचेगा। आओ दिखाने तुहानूं इह तस्वीरां। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੁਗਰਾਜ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੱਦੇ ਉੱਤੇ 21 ਮਾਰਚ ਅੰਮ੍ਰਿਤਸਰ ਦੀ ਧਰਤੀ ਤੋਂ ਆਰੰਭ ਹੋ ਕੇ ਵਾਇਆ ਜਲੰਧਰ, ਫਤਿਹਗੜ੍ਹ, ਵਾਹਿਗੁਰੂ ਲੁਧਿਆਣਾ, ਖੰਨਾ ਹੁੰਦਾ ਹੋਇਆ ਦਿੱਲੀ ਰੋਡ ਦੇ ਉੱਪਰ ਫਤਿਹਗੜ੍ਹ ਸਾਹਿਬ ਸਮਾਪਤ ਹੋਣਾ। ਇਹ ਬਾਈ ਦੀਪ ਸਿੱਧੂ ਦੀ ਯਾਦ ਦੇ ਅੰਦਰ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਇਹ ਕੇਸਰੀ ਮਾਰਚ ਕੱਢਿਆ ਜਾ ਰਿਹਾ। ਇਹ ਸਰਕਾਰ ਨੂੰ ਇੱਕ ਸੁਨੇਹਾ ਹੈ ਕਿ ਤੁਸੀਂ ਇੱਕ ਦੀਪ ਜਾਓਗੇ ਅਤੇ ਹਜ਼ਾਰਾਂ ਹੀ ਦੀਪ ਜਗ ਜਾਣਗੇ ਇਸ ਪੰਜਾਬ ਦੀ ਧਰਤੀ ਦੇ ਉੱਤੇ। ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਜਾਂ ਪੰਥ ਦੀ ਗੱਲ ਕਰੂਗਾ ਉਹਦਾ ਮਾਣ, ਉਹਦਾ ਸਤਿਕਾਰ ਕੌਮ ਇਸੇ ਤਰ੍ਹਾਂ ਕਰਦੀ ਰਹੇਗੀ। ਅੱਜ ਲੱਗਦਾ ਕਿ ਹਰ ਨੌਜਵਾਨ ਦੀ ਧਰਤੀ ਬਣ ਚੁੱਕੀ ਹੈ ਬਿਲਕੁਲ। ਦੀਪ ਸਿੱਧੂ ਹਰੇਕ ਨੌਜਵਾਨ ਦੇ ਦਿਲ ਦੀ ਧੜਕਣ ਹੈ, ਕਿਉਂਕਿ ਹਰੇਕ ਨੌਜਵਾਨ ਨੂੰ ਇਵੇਂ ਲੱਗਦਾ ਕਿ ਇਹ ਸਾਡੇ ਵਰਗਾ, ਜਿਹੜੇ ਉਹਨਾਂ ਦੇ ਜਜ਼ਬਾਤ ਉਹ ਕਹਿ ਨਹੀਂ ਸਕਦੇ। ਦੀਪ ਸਿੱਧੂ ਉਹਨਾਂ ਦੇ ਜਜ਼ਬਾਤ ਬੋਲ ਦਿੰਦਾ, ਕਿਉਂਕਿ ਕਈ ਵਾਰੀ ਸਾਡੇ ਵੱਲੋਂ ਕਿਹਾ ਜਾਂਦਾ ਕਿ ਮੋਨੇ ਧੋਨੇ ਆ, ਇਸ ਤਰ੍ਹਾਂ ਉਸ ਤਰ੍ਹਾਂ, ਪਰ ਉਹਨਾਂ ਦੇ ਅੰਦਰ ਵੀ ਪੰਥ ਦਾ ਦਰਦ ਹੈ। ਉਹ ਦੀਪ ਸਿੱਧੂ ਨੇ ਬਿਆਨ ਕੀਤਾ ਜਿਹਨੂੰ ਨੌਜਵਾਨਾਂ ਨੇ ਮੰਨਿਆ ਅਤੇ ਉਹਦੇ ਰਾਹ 'ਤੇ ਚੱਲਣ ਲਈ ਸਾਰੇ ਤਿਆਰ ਹੋ ਗਏ। ਸੰਗਤ ਦੀ ਦਿਲ ਦੇ ਵਿੱਚ ਸ਼ੰਕਾ ਨਹੀਂ ਮੁੱਕਦੀ ਵੀ ਸੰਗਤ ਕਹਿ ਰਹੀ ਹੈ ਕਿ ਪੂਰੀ ਜਾਂਚ ਹੋਵੇਗੀ, ਪਰ ਜਾਂਚ ਨਿਰਪੱਖ ਜਾਂਚਾਂ 'ਤੇ ਅਜੇ ਤੱਕ 1984 ਦੇ ਦੰਗਿਆਂ ਦਾ ਇਨਸਾਫ ਨਹੀਂ ਮਿਲਿਆ। ਕਾਤਲ ਦੇ ਕੋਲੋਂ ਕੌਣ ਇਨਸਾਫ ਦੀ ਮੰਗ ਕਰਦਾ? ਜਿਨ੍ਹਾਂ ਨੇ ਖੁਦ ਕਤਲ ਕੀਤਾ ਹੋਵੇ ਉਹ ਕਿਉਂ ਸਾਡੀ ਜਾਂਚ ਕਰਕੇ ਸਾਨੂੰ ਸਹੀ ਤਰੀਕੇ ਨਾਲ ਦੇਣਗੇ? ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਾਣਗੇ, ਲੱਖਾਂ ਦਾ ਇਕੱਠ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਹੋਣ ਜਾ ਰਿਹਾ।